ਵਿਦਿਆਰਥੀਓ, ਆਪਣਾ ਅੱਜ ਦਾ ਜੋ ਟੌਪਿਕ ਹੈ ਉਹ ਕਲਾਸ 10ਵੀਂ ਵਿਸ਼ਾ ਮੈਥ ਚੈਪਟਰ 13 ਸਤ੍ਹਾ ਦਾ ਖੇਤਰਫਲ ਅਤੇ ਆਇਤਨ ਦੇ ਵਿੱਚੋਂ ਹੈ। ਇਸ ਦੀ ਅਭਿਆਸ 13 ਪੁਆਇੰਟ ਦੇਣ ਦਾ ਇੱਕ ਪ੍ਰਸ਼ਨ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਅਤੇ ਪੇਪਰ ਵਿੱਚ ਬਹੁਤ ਵਾਰ ਪੁੱਛਿਆ ਜਾ ਚੁੱਕਾ ਹੈ। ਅੱਜ ਆਪਾਂ ਉਸਨੂੰ ਦੇਖਾਂਗੇ ਕਿ ਕਿਸ ਤਰ੍ਹਾਂ ਉਸਨੂੰ ਹੱਲ ਕਰਨਾ ਹੈ। ਅਤੇ ਆਪਣੇ ਕੋਲ ਕੁਸ਼ਚਨ ਹੈ ਜੀ, ਵਿਆਸ 7 ਮੀਟਰ ਵਾਲਾ ਇੱਕ ਖੂਹ 20 ਮੀਟਰ ਡੂੰਘਾ ਪੁੱਟਿਆ ਜਾਂਦਾ ਹੈ ਅਤੇ ਪੁੱਟਣ ਨਾਲ ਨਿਕਲੀ ਮਿੱਟੀ ਨੂੰ ਇੱਕੋ ਜਿਹੇ ਰੂਪ ਵਿੱਚ ਫੈਲਾ ਕੇ 22 ਮੀਟਰ ਇੰਟੂ 14 ਮੀਟਰ ਵਾਲਾ ਇੱਕ ਚਬੂਤਰਾ ਬਣਾਇਆ ਗਿਆ ਹੈ। ਇਸ ਚਬੂਤਰੇ ਦੀ ਉਚਾਈ ਪਤਾ ਕਰੋ। ਹੁਣ ਆਓ ਦੇਖਦੇ ਹਾਂ ਕਿ ਇਸ ਨੂੰ ਹੱਲ ਕਿਸ ਤਰ੍ਹਾਂ ਕਰਨਾ ਹੈ। ਆਪਣੇ ਕੋਲ ਇੱਕ ਖੂਹ ਹੈ ਜਿਸ ਦਾ ਵਿਆਸ ਆਪਾਂ ਨੂੰ 7 ਮੀਟਰ ਦਿੱਤਾ ਹੋਇਆ ਹੈ ਜੀ, ਅਤੇ ਇਸ ਦੀ ਉਚਾਈ 20 ਮੀਟਰ ਦਿੱਤੀ ਹੋਈ ਹੈ। ਵਿਆਸ ਆਪਣੇ ਕੋਲ 7 ਮੀਟਰ ਹੈ ਜੀ, ਅਤੇ ਇਸ ਦੀ ਜੋ ਉਚਾਈ ਹੈ ਉਹ ਆਪਣੇ ਕੋਲ 20 ਮੀਟਰ ਹੈ। ਇਸ ਵਿੱਚੋਂ ਮਿੱਟੀ ਕੱਢੀ ਗਈ ਹੈ ਅਤੇ ਮਿੱਟੀ ਕੱਢ ਕੇ ਆਪਾਂ ਇੱਕ ਚਬੂਤਰਾ ਬਣਾਇਆ ਹੈ। ਖੂਹ ਵਿੱਚੋਂ ਮਿੱਟੀ ਕੱਢ ਕੇ ਇਸ ਤਰ੍ਹਾਂ ਦਾ ਇੱਕ ਚਬੂਤਰਾ ਬਣਾਇਆ ਗਿਆ ਹੈ। ਚਬੂਤਰੇ ਦੀ ਲੰਬਾਈ ਚੌੜਾਈ ਆਪਾਂ ਨੂੰ ਦਿੱਤੀ ਹੋਈ ਹੈ ਅਤੇ ਉਚਾਈ ਆਪਾਂ ਪਤਾ ਕਰਨੀ ਹੈ। ਚਬੂਤਰੇ ਦੀ ਲੰਬਾਈ ਹੈ ਜੀ ਆਪਣੇ ਕੋਲ 22 ਮੀਟਰ ਅਤੇ ਚੌੜਾਈ ਉਸਦੀ ਹੈ 14 ਮੀਟਰ। ਇਹ ਚਬੂਤਰੇ ਦੀ ਲੰਬਾਈ ਅਤੇ ਚੌੜਾਈ ਆਪਾਂ ਨੂੰ ਦਿੱਤੀ ਹੋਈ ਹੈ, 22 ਮੀਟਰ ਅਤੇ ਚੌੜਾਈ ਉਸਦੀ ਹੈ 14 ਮੀਟਰ, ਅਤੇ ਇਸ ਦੀ ਉਚਾਈ ਜਿਸ ਨੂੰ ਆਪਾਂ ਛੋਟੇ ਐਚ ਨਾਲ ਲਿਖਿਆ ਹੈ ਆਪਾਂ ਪਤਾ ਕਰਨਾ ਹੈ। ਖੂਹ ਦੀ ਉਚਾਈ ਨੂੰ ਆਪਾਂ ਵੱਡੇ ਐਚ ਨਾਲ ਲਿਖਿਆ ਹੈ ਅਤੇ ਚਬੂਤਰੇ ਦੀ ਉਚਾਈ ਨੂੰ ਆਪਾਂ ਛੋਟੇ ਐਚ ਨਾਲ ਲਿਖਿਆ ਹੈ। ਇਹ ਚਬੂਤਰਾ ਹੈ ਜੀ ਜੋ ਕਿ ਆਪਣੇ ਕੋਲ ਇੱਕ ਘਣਾਕਾਰ ਦਾ ਹੈ ਅਤੇ ਇਹ ਆਪਣੇ ਕੋਲ ਖੂਹ ਹੈ ਜੋ ਕਿ ਇੱਕ ਬੇਲਣਾਕਾਰ ਆਕਾਰ ਦਾ ਹੈ। ਹੁਣ ਆਪਾਂ ਪੇਜ ਨੂੰ ਥੋੜ੍ਹਾ ਜਿਹਾ ਡਿਵਾਈਡ ਕਰਾਂਗੇ। ਇੱਕ ਪਾਸੇ ਆਪਾਂ ਖੂਹ ਦੇ ਬਾਰੇ ਲਿਖਾਂਗੇ ਅਤੇ ਇੱਕ ਪਾਸੇ ਆਪਾਂ ਜੋ ਆਪਾਂ ਨੂੰ ਦਿੱਤਾ ਹੋਇਆ ਚਬੂਤਰੇ ਵਿੱਚ ਉਹ ਲਿਖਾਂਗੇ। ਖੂਹ ਦੇ ਵਿੱਚ ਉਚਾਈ 20 ਮੀਟਰ ਦਿੱਤੀ ਹੋਈ ਹੈ ਅਤੇ ਇਸ ਦਾ ਜੋ ਵਿਆਸ ਹੈ ਉਹ 7 ਮੀਟਰ ਹੈ। ਇਸ ਤੋਂ ਆਪਾਂ ਇਸ ਦਾ ਅਰਧ ਵਿਆਸ ਕੱਢਾਂਗੇ 7/2 ਮੀਟਰ। ਚਬੂਤਰੇ ਵਿੱਚ ਲੰਬਾਈ 22 ਮੀਟਰ ਦਿੱਤੀ ਹੋਈ ਹੈ, ਚੌੜਾਈ 14 ਮੀਟਰ ਅਤੇ ਚਬੂਤਰੇ ਦੀ ਉਚਾਈ ਆਪਾਂ ਪਤਾ ਕਰਨੀ ਹੈ। ਹੁਣ ਕਿਉਂਕਿ ਖੂਹ ਵਿੱਚੋਂ ਜੋ ਮਿੱਟੀ ਕੱਢੀ ਗਈ ਹੈ ਉਸ ਦਾ ਹੀ ਆਪਾਂ ਚਬੂਤਰਾ ਬਣਾਇਆ ਹੈ, ਤੇ ਇਸ ਲਈ ਖੂਹ ਵਿੱਚੋਂ ਕੱਢੀ ਗਈ ਮਿੱਟੀ ਅਤੇ ਚਬੂਤਰਾ ਦੋਹਾਂ ਦਾ ਜੋ ਆਇਤਨ ਹੈ ਉਹ ਆਪਸ ਵਿੱਚ ਬਰਾਬਰ ਹੋਏਗਾ। ਇਸ ਤੋਂ ਪਤਾ ਲੱਗਦਾ ਹੈ ਚਬੂਤਰੇ ਦਾ ਆਇਤਨ ਬਰਾਬਰ ਹੋਏਗਾ ਖੂਹ ਵਿੱਚੋਂ ਕੱਢੀ ਗਈ ਮਿੱਟੀ ਦਾ ਆਇਤਨ। ਚਬੂਤਰੇ ਦਾ ਆਇਤਨ ਆਪਣੇ ਕੋਲ ਆਏਗਾ ਜੀ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ, ਅਤੇ ਖੂਹ ਦਾ ਆਇਤਨ ਆਪਣੇ ਕੋਲ ਆਏਗਾ ਜੀ ਪਾਈ ਆਰ ਸਕੁਏਅਰ ਐਚ। ਲੰਬਾਈ ਜੀ ਆਪਣੇ ਕੋਲ ਹੈ 22 ਗੁਣਾ 14 ਗੁਣਾ ਐਚ, ਪਾਈ ਦੀ ਵੈਲਿਊ 22/7, ਆਰ ਆਪਣੇ ਕੋਲ ਹੈ ਜੀ 7/2, 7/2 ਕਿਉਂਕਿ ਆਰ ਦਾ ਵਰਗ ਹੈ ਇਸ ਲਈ ਆਰ ਨੂੰ ਆਪਾਂ 2 ਵਾਰ ਲਿਖਾਂਗੇ, ਅਤੇ ਇੱਥੇ ਆਪਾਂ ਵੱਡਾ ਐਚ ਲਿਖਾਂਗੇ ਜੀ। ਇੱਥੇ ਆਪਾਂ ਵੱਡਾ ਐਚ ਆਪਣੇ ਕੋਲ 20 ਦਿੱਤਾ ਹੋਇਆ ਹੈ। ਹੁਣ ਐਚ ਕੱਢਣਾ ਹੈ ਜੀ ਆਪਾਂ ਛੋਟਾ, 22/7, 7/2, 7/2 ਗੁਣਾ 20,
इधर जो 22 है वो दूजे पासे जाके 1/22 बन जाएगा, तो जो 14 है वो 1/14। हुण जो कटिंग हुंदी है आपां कटिंग कर देवांगे जी, 22 नाल 22 दी कटिंग कर देंगे, 7 नाल 7 दी कटिंग, 7 दे नाल 14 दी कटिंग 2, फिर 2 दे नाल कटिंग करांगे जी 10, फिर 2 दे नाल कटिंग करांगे 5। ऊपर अपने को 5 बच गया ते नीचे अपने को 2, 5/2, इसलिए जो एच आएगा वो अपने को आ गया जी 5/2 मीटर। इसनों आपां भाग करांगे, डिवाइड करांगे तो अपने को आएगा 2.5 मीटर। इसलिए चबूतरे दी ऊंचाई अपने को आ गई है जी 2.5 मीटर। ये बहुत ही इंपॉर्टेंट प्रश्न है जी, ते पेपर विच काफ़ी बार पूछा जा चुका है। ते होप तुहानू ये क्वेश्चन समझ लग गया होगा स्टूडेंट्स। ते अगर अच्छी तरह समझ लग गया है मेरे चैनल नू सब्सक्राइब जरूर कर दिओ, बैल आइकन जरूर दबा देना, अते वीडियो नू लाइक अते शेयर भी कर देना। धन्यवाद।